ਇਹ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ, ਜਿਨ੍ਹਾਂ ਨੇ ਲੱਖ ਤੋਂ ਡੇਢ ਲੱਖ ਦਾ ਕਿਹਾ ਵੀ ਸਮਾਨ ਚੱਕਿਆ ਗਿਆ। ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਪਏ ਨੇ, ਤੇ ਖਾਨਿਆਂ ਚੋਂ ਵੀ ਲੈ ਗਏ ਜੀ ਚੱਕ ਕੇ। ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ, ਤੇ ਸਾਰੀ ਦੁਕਾਨ ਤੇ ਚੋਰੀ ਹੋਈ ਹੈ, ਕਛੂ ਸ਼ਾਪ ਸਾਰਾ ਕੁਛ ਖੰਡਾਰ, ਗੱਲੇ ਵੀ ਪੱਟੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ। ਕਿੰਨੇ ਦੀ ਚੋਰੀ ਹੋਈ ਹੈ ਜੀ? ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਹੈ ਜੀ, ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਹੈ ਜੀ। ਅੱਛਾ, ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ? ਇਹਦੇ ਵਿੱਚ ਜੀ ਸਾਬਣਾ, ਘਿਓ, ਦੇਸੀ ਘਿਓ, ਚੀਨੀ ਦੇ 5 ਥੈਲੇ, ਠੀਕ ਹੈ ਜੀ, ਤੇ ਬਾਕੀ ਹੋਰ ਸਾਰਾ ਹੀ ਸਮਾਨ ਤੇ ਕਰਿਆਨੇ ਦਾ ਜਿਹੜਾ ਬਣਦਾ। ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਜੀ? ਮੈਨੂੰ ਸਵੇਰੇ ਨਾਲ ਵਾਲੀ ਦੁਕਾਨ ਵਾਲੇ ਨੇ ਫੋਨ ਕੀਤਾ ਜੀ, ਭਾਈ ਤੇਰੇ ਦੁਕਾਨ ਤੇ ਚੋਰੀ ਹੋ ਗਈ। ਠੀਕ ਹੈ, ਤੇ ਕਿ ਮਤਲਬ ਦੁਕਾਨਦਾਰ ਨੇ ਕੀਤਾ, ਤੇ ਇਹ ਤੋਂ ਬਾਅਦ? ਅੱਛਾ, ਦੁਕਾਨਦਾਰ ਨੇ ਦੱਸਿਆ ਤੁਹਾਨੂੰ? ਹਾਂ ਜੀ। ਤੇ ਕੀ ਪ੍ਰਸ਼ਾਸਨ ਆਇਆ? ਪ੍ਰਸ਼ਾਸਨ ਪੁਲਿਸ ਵਾਲੇ ਐਫ ਆਰ ਦਰਜ ਕਰਾ ਕੇ ਆਏ ਜੀ, ਪੁਲਿਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦੀਪਕ ਹੈ ਜੀ। ਹਾਂਜੀ, ਜਿਹੜੇ ਸਾਡੇ ਚੌਂਕੀ ਇੰਚਾਰਜ ਸਰਦਾਰ ਬਲਕਾਰ ਸਿੰਘ ਜੀ SI ਨੇ, ਉਹ ਬਹੁਤ ਵਧੀਆ ਬੰਦੇ ਨੇ, ਇਮਾਨਦਾਰ ਬੰਦੇ ਨੇ। ਕੋਈ ਵੀ ਇਲਾਕੇ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਅਸੀਂ 1000 ਦਿੱਤਾ ਜਾਂ 5000 ਦਿੱਤਾ ਜਾਂ 10000 ਦਿੱਤਾ। ਜਿੰਨਾ ਆਪਣੀ ਡਿਊਟੀ ਨਿਭਾਉਂਦੇ ਨੇ, ਆਪਣੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ, ਕੋਈ ਉਹਨਾਂ ਦੇ ਅੱਜ ਤੱਕ ਨਾ ਦਾਗ ਲੱਗਣਾ ਨਾ ਲੱਗ ਸਕਦਾ। ਬਹੁਤ ਵਧੀਆ ਇਨਸਾਨ ਨੇ, ਔਰ ਜਿੱਦੇ ਦੇ ਉਹ ਆਏ ਨੇ ਉਹਦੇ ਦਾ ਬਹੁਤ ਕ੍ਰਾਈਮ ਵਾਲਾ ਕੰਮ ਘੱਟ ਗਿਆ। ਜਿੰਨਾ ਵੀ ਕੋਈ ਵੀ ਇਨਸਾਨ ਉੱਥੇ ਜਾ ਕੇ ਉਹਨਾਂ ਨੂੰ ਕੰਪਲੇਂਟ ਦਿੰਦਾ ਤਾਂ ਉਹ ਫੱਟ ਦੇਣੇ ਉਹਦਾ ਕੰਪਲੇਂਟ ਦਾ ਮਸਲਾ ਹੱਲ ਕਰਦੇ ਨੇ। ਸਰਦਾਰ ਜੀ ਬਲਕਾਰ ਸਿੰਘ ਬਹੁਤ ਵਧੀਆ ਇਨਸਾਨ ਨੇ, ਆਪਦਾ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਨੇ। ਦੁਕਾਨਦਾਰ ਬਾਰੇ ਕੀ ਕਹਿਣਾ ਚਾਹੁੰਦੇ ਜਿਹਦੀ ਚੋਰੀ? ਦੁਕਾਨਦਾਰ ਬਾਰੇ ਤਾਂ ਹੁਣ ਉਹਨਾਂ ਨੂੰ ਪਤਾ ਹੀ, ਇਹਨਾਂ ਨੂੰ ਵੀ ਪਤਾ ਹੀ ਹੈ ਜੀ ਕੀ ਕਹਿਣਾ ਚਾਹੁੰਦੇ ਵੀ ਬਹੁਤ ਮਾੜਾ ਕੰਮ ਹੋਇਆ, ਗਰੀਬ ਆਦਮੀ ਹੈ ਜੀ, ਇਹਨਾਂ ਦੀ ਗਾਸਤ ਵਧਾਉਣੀ ਚਾਹੀਦੀ ਹੈ। ਚਲੋ ਲੋਕ, ਆਪਾਂ ਹੁਣ ਇਕੱਲੇ ਇਕੱਲੇ ਜਾਂਦੇ ਹਾਂ ਸਕੂਟਰ ਮੋਟਰਸਾਈਕਲਾਂ 'ਤੇ ਜੀ, ਪਹਿਲਾਂ ਇਕੱਲਾ ਬੰਦਾ ਬੇਬਸ ਹੁੰਦਾ, ਇਹਨਾਂ ਕੋਲ ਹਥਿਆਰ ਹੁੰਦੇ ਨੇ, ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ 'ਤੇ ਆਉਂਦੇ ਨੇ, ਅਤੇ ਬੰਦੇ ਨੂੰ ਘੇਰਦੇ ਨੇ, ਘੇਰ ਕੇ ਆਪਦਾ ਪੈਸੇ ਖੋਲ ਲੈਂਦੇ ਨੇ ਜਾਂ ਮੋਬਾਇਲ ਖੋਲ ਲੈਂਦੇ ਨੇ। ਹਾਂ, ਬੰਦਾ ਹੁਣ ਮੌਕੇ 'ਤੇ ਕੋਈ ਕਰ ਨਹੀਂ ਸਕਦਾ, ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ, ਆਪਣੇ ਕੋਲ ਹੁੰਦਾ ਹਥਿਆਰ, ਆਪਾਂ ਤਾਂ ਇੱਦਾਂ ਹੀ ਜਾਂਦੇ ਹਾਂ ਸਕੂਟਰ ਜਾਂ ਜਾਂਦੇ। ਇਹ ਜੀ ਦਿਨ 'ਚ ਵੀ ਹੋ ਜਾਂਦੇ ਜੀ, ਦਿਨ ਦੇ ਦੁਪਹਿਰੇ ਕੋਈ ਹੋਰ ਕਰ ਲੈਂਦੇ ਨੇ, ਤਾਂ ਬੰਦਾ ਇਕੱਲਾ ਦੇ ਜਾਂਦਾ ਕੋਈ ਖੁਦ ਖੋਲ ਲੈਂਦੇ ਇਕੱਠੇ ਹੋ ਕੇ। ਮੇਰਾ ਪਿੰਡ ਹਰੀਗੜ੍ਹ ਜੀ। ਹਾਂਜੀ, ਕੀ ਨਾਮ ਆ? ਪਿੰਡ ਬਲਕਾਰ ਸਿੰਘ ਜੀ। ਜਿਹੜੀ ਚੋਰੀ ਹੈ ਕੀ ਮੈਂ ਦੇਖਿਆ ਸੁਣਿਆ ਮੈਂ ਜੀ? ਸਾਨੂੰ ਸਵੇਰੇ ਇਤਲਾਹ ਆਈ ਜੀ 6 ਵਜੇ, ਅਸੀਂ ਉਸ ਟਾਈਮ ਆ ਗਏ ਵੀ, ਐਂ ਕਰਕੇ ਸੱਟਰ ਤੋਂ ਦੁਕਾਨਾਂ ਦੀ ਤੋੜ ਕੇ ਚੋਰੀ ਕਰ ਲਈ। ਅੱਛਾ, ਉਸ ਟਾਈਮ ਪਹੁੰਚ ਗਿਆ ਸੀ, ਦੇਖਿਆ ਵੀ ਸੱਟਰ ਥੋੜ੍ਹਾ ਉੱਚਾ ਚੱਕਿਆ ਹੋਇਆ ਸੀਗਾ, ਜੋ ਕੁਛ ਸਮਾਨ ਕੱਢਿਆ ਸੀ ਦੁਕਾਨ 'ਚੋਂ। ਨੁਕਸਾਨ ਕਿੰਨਾ ਹੋ ਜਾਣਾ ਦੁਕਾਨ ਦਾ? ਦੁਕਾਨ ਚੈੱਕ ਕਰ ਰਹੇ ਨੇ ਜੀ ਕਿੰਨਾ ਨੁਕਸਾਨ ਹੋਇਆ, ਕਿਤੋਂ ਕੋਈ ਸਮਾਨ ਲੈ ਗਏ ਦੁਕਾਨ ਵਿੱਚੋਂ। ਅਤੇ ਚੋਰਾਂ ਦਾ ਕੋਈ ਪਤਾ ਲੱਗਿਆ ਜੀ? ਅਸੀਂ ਕਰ ਰਹੇ ਹਾਂ, ਬੰਦੇ ਟਰੇਸ ਕਰ ਰਹੇ ਹਾਂ ਜੀ, CCTV ਟੀਮਾਂ ਲਾਈਆਂ ਜੀ, ਖੰਗਾਲ ਰਹੇ ਹਾਂ, ਖੰਗਾਲ ਕੇ ਅਸੀਂ ਕੁਛ ਬੰਦੇ ਰੌਣਕ ਕੀਤੇ ਨੇ, ਅਸੀਂ ਪੁੱਛਿਸ਼ ਕਰ ਰਹੇ ਹਾਂ। ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।